ठंडा इंतजाम करो। तेरे को पैसा है? मेरे को जिन्ने पैसे सी सारे किताबां ते खर्च हो गए रमा। मेरे को कफन जोगे पैसे है नहीं रमा। तेरे को पैसा है रमा कोई? साहब जी मेरे हाथ तो जमा ही खाली है। साहब जी अपने बच्चे नहीं रहे रमा की होया? हो देख रमा मेरा 7 करोड़ समाज मेरिया रामा तक रहा है रमा। हो मेरिया रामा तक रहा है। मैं उन्होंने दलदल भरी जिंदगी चो बाहर कढ़ना है रमा। उन्होंने मैं दलदल भरी जिंदगी चो बाहर कढ़ना है रमा। साहब जी मैं तो हमेशा ही तुहाडा साथ दिता है ते आज भी तुहाडे नाल ही हां। दुख दे बदल उदों छट ही जाणगे जदों मेरा अपना समाज जात पात ते भेदभावां नूं चीरदा होया आजादी दा चढ़दा सूरज देखेगा। साहब जी चढ़दा सूरज देखेगा। गांधी जी तुसी जदों मरण वरते बैठे सी तुसी मेरा वादा किया सी कि मेरा समाज बिना किसी डर तो
ਸਕੂਲਾਂ ਕਾਲਜਾਂ ਮੰਦਰਾਂ ਵਿੱਚ ਜਾਇਆ ਕਰੇਗਾ। ਗਾਂਧੀ ਜੀ ਇਸ ਫੈਸਲੇ ਨੂੰ ਹਾਂ ਵਿੱਚ ਬਦਲੋ। ਅੰਬੇਡਕਰ ਜੀ ਇਹ ਕਦੇ ਨਹੀਂ ਹੋ ਸਕਦਾ। ਤੁਸੀਂ ਕਲਮ ਨਾਲ ਕ੍ਰਾਂਤੀ ਲੈ ਕੇ ਆਉਣਾ ਚਾਹੁੰਦੇ ਹਾਂ, ਇਹ ਕਦੇ ਨਹੀਂ ਹੋ ਸਕਦਾ ਅੰਬੇਡਕਰ ਜੀ, ਕਦੇ ਨਹੀਂ ਹੋ ਸਕਦਾ। ਗਾਂਧੀ ਜੀ ਇਹ ਸਾਰਾ ਕੁਝ ਮੇਰੇ ਨਾਲ ਤਾਂ ਹੋ ਰਿਹਾ ਹੈ ਕਿਉਂਕਿ ਮੈਂ ਇੱਕ ਹਿੰਦੂ ਅਸ਼ੂਤ ਹਾਂ, ਮੈਂ ਹਿੰਦੂ ਧਰਮ ਵਿੱਚ ਪੈਦਾ ਹੋਇਆ। ਇਹ ਮੇਰੇ ਬੱਸ ਵਿੱਚ ਨਹੀਂ ਸੀ ਪਰ ਮੈਂ ਹਿੰਦੂ ਮਰਾਂਗਾ ਨਹੀਂ ਕਿਉਂਕਿ ਮੇਰੇ ਬੱਸ ਵਿੱਚ ਆ। ਮੈਂ ਹਿੰਦੂ ਧਰਮ ਨੂੰ ਛੱਡ ਕੇ ਜਾ ਰਿਹਾ ਗਾਂਧੀ ਜੀ, ਮੈਂ ਹਿੰਦੂ ਧਰਮ ਨੂੰ ਛੱਡ ਕੇ ਹੁਣ ਜਾ ਰਿਹਾ। ਅੰਬੇਡਕਰ ਜੀ ਅਸੀਂ ਆਪਣੇ ਉੱਚ ਕੋਟੀ ਦੇ ਪੰਡਿਤ ਤੁਹਾਡੇ ਕੋਲ ਭੇਜੇ ਜਾਣਗੇ ਜੀ। ਅੰਬੇਡਕਰ ਜੀ ਗਾਂਧੀ ਜੀ ਕਹਿ ਰਹੇ ਨੇ ਕਿ ਤੁਸੀਂ ਹਿੰਦੂ ਧਰਮ ਛੱਡ ਕੇ ਨਾ ਜਾਓ, ਸਾਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹੈ। ਤੁਹਾਨੂੰ ਮੇਰੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹੈ? ਹਾਂ, ਇਹ ਜੋ ਤੁਹਾਡੇ ਨਾਲ ਆਇਆ ਹੈ ਇਹ ਇੱਕ ਅਸ਼ੂਤ ਹੈ, ਹਾਂ ਤੁਹਾਡੀਆਂ ਸ਼ਾਖਾਂ ਵੀ ਲਾਉਂਦਾ ਹੈ। ਤੁਸੀਂ ਇਸ ਤਰ੍ਹਾਂ ਕਰੋ ਇਹਨੂੰ ਆਪਣੇ ਕਿਸੇ ਵੀ ਮੰਦਰ ਦੇ ਵਿੱਚ ਪੁਜਾਰੀ ਲਾ ਦਿਓ, ਮੈਂ ਹਿੰਦੂ ਧਰਮ ਛੱਡ ਕੇ ਕਦੇ ਨਹੀਂ ਜਾਊਂਗਾ। ਅਨਰਥ ਕੌਣ ਅਨਰਥ ਅੰਬੇਦਕਰ, ਕਿੱਥੇ ਮੰਦਰ ਤੇ ਕਿੱਥੇ ਅਸ਼ੂਤ, ਇਹ ਕਦੇ ਨਹੀਂ ਹੋ ਸਕਦਾ, ਇਹ ਕਦੇ ਨਹੀਂ ਹੋ ਸਕਦਾ। ਚਲੋ ਗਾਂਧੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗਾਂਧੀ ਜੀ। ਹੁਣ ਤੁਸੀਂ ਸਾਡੇ ਨੇਤਾ ਨਹੀਂ ਰਹਿਣਾ ਹੈਗਾ। ਕਿਉਂ? ਕਿਉਂਕਿ ਡਾਕਟਰ ਅੰਬੇਡਕਰ ਦਾ 7 ਕਰੋੜ ਦਲਿਤ ਸਮਾਜ ਅਤੇ ਸਾਡਾ 40 ਲੱਖ ਸਿੱਖ ਸਮਾਜ, ਹੁਣ ਡਾਕਟਰ ਅੰਬੇਡਕਰ ਦਾ ਜਿਹੜਾ ਦਲਿਤ ਸਮਾਜ ਹੈ ਉਹ ਵੀ ਸਿੱਖ ਬਣ ਜਾ ਰਿਹਾ। ਹਾਂਜੀ, ਤਾਂ ਸਾਡਾ ਨੇਤਾ ਅੱਜ ਤੋਂ ਬਾਅਦ ਡਾਕਟਰ ਅੰਬੇਡਕਰ ਹੋਵੇਗਾ। ਉਹ ਮੂਰਖੋ ਮੂਰਖੋ, ਓਏ ਤੁਸੀਂ 40 ਲੱਖ ਸਿੱਖ ਔਰ ਅੰਬੇਡਕਰ ਦਾ ਸਮਾਜ 7 ਕਰੋੜ ਦਲਿਤ, ਓਏ ਕਾਲੂ ਫਿਰ ਅੰਬੇਡਕਰ ਹੀ ਹੋਇਆ ਨਾ ਤੁਹਾਡਾ ਪ੍ਰਧਾਨ ਮੰਤਰੀ? ਹਾਂ ਅੰਬੇਡਕਰ ਹੋਵੇਗਾ। ਓ ਮੂਰਖੋ, ਓਏ ਕਾਲੂ ਫਿਰ ਗੁਰਦੁਆਰੇ ਦੀਆਂ ਚਾਬੀਆਂ ਵੀ ਤੇ ਦਲਿਤਾਂ ਦੇ ਕੋਲ ਹੋਣਗੀਆਂ, ਫਿਰ ਰਹਿ ਜਿਓ ਟੱਲੀਆਂ ਵਜਾਉਂਦੇ। ਮਾਸਟਰ ਤਾਰਾ ਸਿੰਘ ਜੀ ਇਸ ਚੀਜ਼ ਤੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ। ਜਾਓ ਛੇਤੀ ਵਿਚਾਰ ਕਰੋ, ਫਿਰ ਤਾਂ ਗੁਰਦੁਆਰੇ ਦੇ ਚੂੜੇ ਚਮਾਰਾਂ ਦਾ ਕਬਜ਼ਾ ਹੋ ਜਾਊਗਾ। ਹੋਰ ਇੱਥੇ ਤਾਂ ਵਿਚਾਰ ਕਰਨੀ ਪਊ। ਤਾਰਾ ਸਿੰਘ ਜੀ ਚਲੋ ਦੁਬਾਰਾ ਵਿਚਾਰ ਕਰਦੇ ਹਾਂ, ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਚਲੋ ਆਖੇ 7 ਕਰੋੜ ਦੇ ਫਿਰ ਅਸੀਂ ਪੱਤਰਕਾਰ ਕੀ ਅਸੀਂ ਗਾਂਧੀ ਜੀ ਨੂੰ ਮਿਲ ਸਕਦੇ ਹਾਂ? ਗਾਂਧੀ ਜੀ ਨੂੰ ਮਿਲਣਾ ਚਾਹੁੰਦੇ ਹਾਂ ਜੀ, ਤੁਸੀਂ ਜਰਾ ਠਹਿਰੋ ਮੈਂ ਦੇਖ ਕੇ ਆਉਣਾ। ਤੁਸੀਂ ਗਾਂਧੀ ਜੀ ਨੂੰ ਨਹੀਂ ਮਿਲ ਸਕਦੇ। ਕਿਉਂ? ਉਹ ਇਸ ਵਕਤ ਆਰਾਮ ਕਰ ਰਹੇ ਆ। ਆਰਾਮ ਕਰ ਰਹੇ ਆ ਜੀ? ਕੋਈ ਟਾਈਮ ਆਰਾਮ ਕਰਨ ਦਾ? ਚਲੋ ਜੇ ਗਾਂਧੀ ਜੀ ਨਹੀਂ ਮਿਲੇ ਤਾਂ ਅੰਬੇਦਕਰ ਜੀ ਕੋਲ ਜਾ ਆਉਂਦੇ ਆ। ਹਾਂ ਚਲੋ, ਬਿਲਕੁਲ ਸਹੀ ਗੱਲ ਆ। ਚਲੋ ਅੰਬੇਡਕਰ ਜੀ, ਅਸੀਂ ਪੱਤਰਕਾਰ। ਅੰਬੇਡਕਰ ਜੀ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਾਂ। ਪੁੱਛੋ। ਅਸੀਂ ਗਾਂਧੀ ਜੀ ਅਤੇ ਨਹਿਰੂ ਜੀ ਦੇ ਕੋਲ ਗਏ ਤਾਂ ਉਹ ਸਿਖਰ ਦੁਪਹਿਰੇ ਆਰਾਮ ਕਰ ਰਹੇ ਸੀ, ਅਤੇ ਅਸੀਂ ਤੁਹਾਡੇ ਕੋਲ ਆਏ, ਤੁਸੀਂ ਇੰਨੀ ਰਾਤ ਗਏ, ਦੀਵੇ ਦੀ ਇੱਕ ਨਿੱਕੀ ਜੀ ਲੋ ਥੱਲੇ ਪੜ ਰਹੇ ਹੋ, ਮੈਂ ਕੁਝ ਸਮਝਿਆ ਨਹੀਂ। ਗਾਂਧੀ ਤਾਂ ਸੁੱਤਾ ਪਿਆ ਹੈ ਕਿਉਂਕਿ ਉਹਦਾ ਸਮਾਜ ਜਾਗਿਆ ਹੋਇਆ ਹੈ, ਮੈਂ ਤਾਂ ਜਾਗ ਰਿਹਾ ਕਿਉਂਕਿ ਮੇਰਾ ਸਮਾਜ ਅਜੇ ਸੁੱਤਾ ਪਿਆ ਹੈ।
ਭੁੱਖੇ ਨੂੰ ਜਗਾਉਣ ਦੇ ਲਈ ਮੈਨੂੰ ਰਾਤ ਰਾਤ ਭਰ ਜਾਗਣਾ ਪੈਣਾ ਹੈ ਅਤੇ ਰਾਤ ਰਾਤ ਭਰ ਪੜ੍ਹਨਾ ਪੈਣਾ ਹੈ। ਬਾਬਾ ਸਾਹਿਬ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਾਂ। ਪੁੱਛੋ। ਇਹ ਸਾਈਮਨ ਕਮਿਸ਼ਨ ਬਾਰੇ ਤੁਹਾਡਾ ਕੀ ਵਿਚਾਰ ਆ? ਸਾਈਮਨ ਕਮਿਸ਼ਨ ਜੀ, ਇਹ ਤਾਂ ਮੇਰੇ ਦੱਬੇ ਕੁਚਲੇ ਸਮਾਜ ਦੇ ਲਈ ਅਧਿਕਾਰ ਲੈ ਕੇ ਆਇਆ ਸੀ, ਪਰ ਕੁਝ ਸਿਰ ਫਿਰੇ ਲੋਕਾਂ ਨੇ ਉਹਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਅਤੇ ਉਹ ਨਾਰੇ ਅੱਜ ਵੀ ਮੇਰੇ ਕੰਨਾਂ ਵਿੱਚ ਉਸੇ ਤਰ੍ਹਾਂ ਗੂੰਜਦੇ ਆ। ਸਾਈਮਨ ਕਮਿਸ਼ਨ ਗੋ ਬੈਕ, ਸਾਈਮਨ ਕਮਿਸ਼ਨ ਗੋ ਬੈਕ, ਸਾਈਮਨ ਕਮਿਸ਼ਨ ਗੋ ਬੈਕ। ਤੁਸੀਂ ਮਹਾਨ ਹੋ ਅੰਬੇਡਕਰ ਜੀ, ਤੁਸੀਂ ਮਹਾਨ ਹੋ, ਇਸ ਲਈ ਤੁਹਾਨੂੰ ਕਿਹਾ ਜਾਂਦਾ ਹੈ ਦ ਗ੍ਰੇਟ ਅੰਬੇਡਕਰ। ਗਾਂਧੀ ਜੀ ਹੁਣ ਇਸ ਤਰ੍ਹਾਂ ਕਰੋ, ਰਾਜਿਆਂ ਕੋਲੋਂ ਬੈਂਕਾਂ ਖੋਲ ਲਈਆਂ ਜਾਣ, ਰਜਵਾੜਿਆਂ ਕੋਲੋਂ ਜ਼ਮੀਨਾਂ ਖੋਲ ਲਈਆਂ ਜਾਣ, 50-50 ਪਿੰਡਾਂ ਨੂੰ ਸੈਂਟਰ ਮੰਨ ਕੇ ਉੱਥੇ ਵੱਡੀਆਂ ਫੈਕਟਰੀਆਂ ਲਾਓ ਅਤੇ ਸਾਡੇ ਸਮਾਜ ਦੇ ਲੋਕਾਂ ਨੂੰ ਕੰਮ ਮਿਲੇਗਾ, ਘਰ ਦੇ ਵਿੱਚ 4 ਪੈਸੇ ਆਉਣਗੇ ਅਤੇ ਖੁਸ਼ਹਾਲ ਹੋਣਗੇ। ਗਾਂਧੀ ਜੀ ਇਸ ਫੈਸਲੇ ਨੂੰ ਹਾਂ ਵਿੱਚ ਬਦਲੋ। ਅੰਬੇਡਕਰ, ਇਹ ਕਦੇ ਨਹੀਂ ਹੋ ਸਕਦਾ। ਤੁਸੀਂ ਚਾਹੁੰਦੇ ਹੋ ਕਿ ਰਜਵਾੜੇ ਬੈਂਕਾਂ ਛੱਡ ਦੇਣ ਔਰ ਜ਼ਮੀਂਦਾਰ ਜ਼ਮੀਨਾਂ ਛੱਡ ਦੇਣ? ਇਹ ਕਿੱਦਾਂ ਹੋ ਸਕਦਾ ਹੈ? ਅਤੇ ਸਾਡੇ ਲੋਕ, ਸਮਾਜ ਦੇ ਲੋਕ ਆਪਣੇ ਆਪ ਨੂੰ ਇੱਕ ਪਿੱਟਿਆ ਮਹਿਸੂਸ ਸਮਝਣਗੇ, ਉਹ ਤਾਂ ਸਾਨੂੰ ਸਵਾਲ ਕਰਨਗੇ। ਇਹ ਕਦੇ ਨਹੀਂ ਹੋ ਸਕਦਾ, ਕਦੇ ਨਹੀਂ ਹੋ ਸਕਦਾ ਅੰਬੇਡਕਰ ਜੀ, ਇਹ ਕਦੇ ਨਹੀਂ ਹੋ ਸਕਦਾ। ਗਾਂਧੀ ਜੀ ਫਿਰ ਇਸ ਆਜ਼ਾਦੀ ਦਾ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੀ ਫਾਇਦਾ ਹੋਊਗਾ, ਕੀ ਫਾਇਦਾ ਹੋਊਗਾ? ਗਾਂਧੀ ਜੀ ਮੈਨੂੰ ਉਹਨੇ ਚਾਹੀਦੀ ਇਹੋ ਜਿਹੀ ਲੱਗੜੀ ਆਜ਼ਾਦੀ, ਮੈਨੂੰ ਉਹਨੇ ਚਾਹੀਦੀ ਇਹੋ ਜਿਹੀ ਲੱਗੜੀ ਆਜ਼ਾਦੀ। ਤੈਂ ਕੋ ਧੋਖਾ ਕੀਤਾ ਹੈ ਮੇਰੇ ਸਮਾਜ ਦੇ ਲੋਕਾਂ ਨਾਲ, ਤੈਂ ਧੋਖਾ ਕੀਤਾ ਹੈ ਗਾਂਧੀ, ਤੈਂ ਮੇਰੇ ਸਮਾਜ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਮੈਨੂੰ ਨਹੀਂ ਚਾਹੀਦੀ ਇਹੋ ਜਿਹੀ ਲੱਗੜੀ ਆਜ਼ਾਦੀ, ਨਹੀਂ ਚਾਹੀਦੀ, ਨਹੀਂ ਚਾਹੀਦੀ ਆਜ਼ਾਦੀ। ਆਜ਼ਾਦੀ ਆਜ਼ਾਦੀ ਹਿੱਸਾ ਕਹਿੰਦਾ ਹੈ ਇਸ ਧਰਤੀ ਦਾ ਸਿਰਜਣਹਾਰ ਮੈਂ ਹਾਂ ਅਤੇ ਮਿਥਿਹਾਸ ਕ੍ਰਿਸ਼ਨ ਕਹਿੰਦਾ ਹੈ ਧਰਤੀ ਮੈਂ ਸਿਰਜੀਏ। ਇਹ ਸੱਚ ਨਹੀਂ, ਇਹ ਝੂਠ ਹੈ। ਇਹ ਧਰਤੀ ਤਾਂ ਮਜ਼ਦੂਰ ਦੀ ਹਥੇਲੀ 'ਤੇ ਖੜ੍ਹੀ ਏ। ਜੇ ਮਜ਼ਦੂਰ ਮੁੱਠੀ ਬੰਦ ਕਰ ਲਵੇ, ਕੰਮ ਇਹ ਕਿਰਤੀ ਕਿਸਾਨ ਕੰਮ ਕਰਨਾ ਬੰਦ ਕਰ ਦੇਣ, ਇਹ ਸਭ ਧਰਤੀ ਤੈਸ਼ ਨੈਸ਼ ਹੋ ਜਾਏਗੀ। ਕਿਉਂਕਿ ਵੱਡੀਆਂ ਵੱਡੀਆਂ ਬਿਲਡਿੰਗਾਂ, ਇਹ ਵੱਡੇ ਵੱਡੇ ਪੁਲ, ਇਹ ਰੇਲ ਲਾਈਨਾਂ, ਇਹ ਕਿਹਨੇ ਬਣਾਈਆਂ ਨੇ? ਇਹਦੇ ਸਿਰਜਣਹਾਰ ਤੁਸੀਂ ਲੋਕ ਹੋ, ਤੁਸੀਂ ਲੋਕ। ਇਹ ਗੱਲ ਤਥਾਕਥ ਬੁੱਧ ਨੇ 2500 ਸਾਲ ਪਹਿਲਾਂ ਆਖੀ ਸੀ। ਇਸ ਲਈ ਮੈਂ ਵੀ ਬੁੱਧ ਦੀ ਸ਼ਰਨ 'ਚ ਜਾ ਰਿਹਾ, ਬੁੱਧ ਦੀ ਸ਼ਰਨ 'ਚ ਜਾ ਰਿਹਾ। ਸਾਥੀਓ, ਮੈਂ ਇਸ ਕਾਰਵੇ ਨੂੰ ਬੜੀ ਮੁਸ਼ਕਲ ਨਾਲ ਇੱਥੋਂ ਤੱਕ ਲਿਆ। ਤੁਸੀਂ ਇਸ ਕਾਰਵੇ ਨੂੰ ਪਿੱਛੇ ਨਾ ਲੈ ਕੇ ਜਾਇਓ, ਪਿੱਛੇ ਨਾ ਲੈ ਕੇ ਜਾਇਓ। ਹੇ ਮਨੁਵਾਦੀ ਲੋਕ, ਤੁਹਾਨੂੰ ਇਕੱਲਿਆਂ ਇਕੱਲਿਆਂ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਨੇ, ਇਕੱਲਿਆਂ ਇਕੱਲਿਆਂ ਕਰਨ ਦੀਆਂ। ਤੁਸੀਂ ਇੱਕ ਮੁੱਠ ਰਿਹੋ, ਇਕੱਠੇ ਰਿਹੋ। ਜੇ ਸਾਰੀ ਦੁਨੀਆ
नीले आसमान थले रह सकती है ते मेरा समाज नीले झंडे थले क्यों नहीं इकट्ठा हो सकता। आप पढ़ो अपने बच्चियां नू पढ़ाओ एयो मेरा नारा है। पढ़ो जुड़ो संघर्ष करो, पढ़ो जुड़ो संघर्ष करो, पढ़ो जुड़ो संघर्ष करो। एक बहुत बुरी खबर है साथियों। की होया? साडे मनुखता दे मसीहा जेने सानू जानवरां तो इंसान बनाया ओ बाबा साहब हुण इस दुनिया विच नहीं रहे। तू बाबा साहब नहीं रहे? जेने सानू जानवरां तो इंसान बनाया ओ बाबा साहब नहीं रहे। बाबा साहब नहीं रहे।